ਬਹੁਤ ਹੀ ਇੱਕ ਮਾਣੀ ਹਸਤੀ ਜਿਹੜੇ ਨੇ ਪੰਜਾਬ ਤੋਂ ਆਏ ਨੇ ਡਾਕਟਰ ਰਣਬੀਰ ਸਿੰਘ ਜੋਸਨ ਹੈਗੇ ਨੇ ਔਰ ਇਹ ਜੋਸਨ ਹੋਲਿਸਟਿਕ ਸੈਂਟਰ ਜਿਹੜਾ ਅੰਮ੍ਰਿਤਸਰ ਦੇ ਕੋਲ ਉੱਥੇ ਵੀ ਚਲਾਉਂਦੇ ਨੇ ਲੇਕਿਨ ਇਸ ਵਕਤ ਜਿਹੜੀ ਇਹਨਾਂ ਦੀ ਖਾਸੀਅਤ ਹੈ ਉਹ ਇਹ ਹੈ ਕਿ ਇਹ ਕਾਉਂਸਲ ਆਫ ਹੋਮਿਓਪੈਥਿਕ ਸਿਸਟਮ ਜਿਹੜਾ ਕਿ ਪੰਜਾਬ ਦਾ ਹੈਗਾ ਉਹਦੇ ਇਹ ਚੇਅਰਮੈਨ ਨੇ ਮੇਰਾ ਖਿਆਲ ਹੈ ਇਹਨਾਂ ਨੂੰ ਚੇਅਰਮੈਨ ਬਣੇ 2 ਸਾਲ ਹੋ ਗਏ ਨੇ 3 ਸਾਲ ਦੀ ਟਰਮ ਹੁੰਦੀ ਆ ਉਹਦੇ ਬਾਅਦ ਇਹ ਦੁਬਾਰਾ ਵੀ ਰੀਅਪੁਆਇੰਟ ਹੋ ਸਕਦੇ ਨੇ ਇਹਦੇ ਬਾਰੇ ਮੈਨੂੰ ਪਹਿਲਾਂ ਤਾਂ ਹੋ ਸਕਦੇ ਸੀ ਹੁਣ ਨਹੀਂ ਮੈਨੂੰ ਪਤਾ ਕਿ ਕੀ ਆ ਲੇਕਿਨ ਇਹਨਾਂ ਨੇ ਇੱਕ ਨਵੀਂ ਜਿੱਥੇ ਕਿ ਮੈਡੀਸਨ ਜਿਹੜੀਆਂ ਨੇ ਉਹ ਆਪਣਾ ਕੰਮ ਕਰਦੀਆਂ ਨੇ ਮੈਡੀਸਨਸ ਦੇ ਨਾਲ ਨਾਲ ਇਹਨਾਂ ਨੇ ਇੱਕ ਨਵੀਂ ਨਾਲ ਇੱਕ ਯੋਗ ਜਿਹੜਾ ਹੈ ਉਹ ਵੀ ਸ਼ੁਰੂ ਕੀਤਾ ਕਿਉਂਕਿ ਇਹਨਾਂ ਦਾ ਇਹ ਮੰਨਣਾ ਕਿ ਅਗਰ ਤੁਸੀਂ ਮੈਡੀਸਨਸ ਦੇ ਨਾਲ ਯੋਗ ਜਿਹੜਾ ਹੈ ਉਹ ਵੀ ਕਰੋਗੇ ਖਾਸ ਕਰਕੇ ਇਹ ਪਵਨ ਯੋਗ ਦੇ ਵਿੱਚ ਬਹੁਤ ਐਕਸਪਰਟ ਹੈਗੇ ਨੇ ਔਰ ਇਹਨਾਂ ਨੇ ਇੱਕ ਕਿਤਾਬ ਲਿਖੀ ਆ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹਦੇ ਬਾਰੇ ਔਰ ਇਹ ਜਿਹੜੀ ਇਹਨਾਂ ਦੀ ਦੂਜੀ ਕਿਤਾਬ ਹੈਗੀ ਆ ਔਰ ਇਸ ਕਿਤਾਬ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕੋਈ ਵੀ ਬਿਮਾਰੀ ਹੋਵੇ ਤਾਂ ਖੈਰ ਦਿਲ ਦੇ ਬਾਰੇ ਆ ਕੋਈ ਵੀ ਬਿਮਾਰੀ ਹੋਵੇ ਕਿਸ ਤਰ੍ਹਾਂ ਮੈਡੀਸਨਸ ਦੇ ਨਾਲ ਅਗਰ ਤੁਸੀਂ ਪਵਨ ਯੋਗ ਥੈਰੇਪੀ ਕਰਦੇ ਹੋ ਤਾਂ ਫਿਰ ਤੁਹਾਨੂੰ ਆਰਾਮ ਜਿਹੜਾ ਜੇ 6 ਮਹੀਨੇ 'ਚ ਮਿਲਣਾ ਤਾਂ ਫਿਰ 2-3 ਮਹੀਨਿਆਂ 'ਚ ਮਿਲ ਸਕਦਾ ਔਰ ਪਲੱਸ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਬਿਲਕੁਲ ਹੈਲਦੀ ਜਿਹੜਾ ਉਹ ਪਾਓਗੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਡਾਕਟਰ ਰਣਬੀਰ ਸਿੰਘ ਜੋਸਨ ਸੁਰਸਾਗਰ ਦੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਪਹਿਲੀ ਮੇਰੀ ਫੇਰੀ ਹੈ ਪਹਿਲੀ ਵਾਰੀ ਕੈਨੇਡਾ 'ਚ ਆਇਆ ਵਾਂ ਔਰ ਬਹੁਤ ਅੱਛਾ ਲੱਗ ਰਿਹਾ ਵਾ ਔਰ ਜਦੋਂ ਥੋੜ੍ਹਾ ਜਿਹਾ ਇਹ ਪਤਾ ਲੱਗ ਰਿਹਾ ਕਿਉਂਕਿ ਮੇਰਾ ਪ੍ਰੋਫੈਸ਼ਨ ਹੋਮਪੈਥੀ ਆ ਔਰ ਇੱਥੇ ਵੀ ਹੋਮਪੈਥੀ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਕਿ ਰਿਵਾਈਵਲ ਚੱਲ ਰਹੀ ਹੈ ਨਵੀਆਂ ਕੌਂਸਲ ਬਣ ਰਹੀਆਂ ਨੇ ਬਹੁਤ ਅੱਛਾ ਲੱਗ ਰਿਹਾ ਥੈਂਕ ਯੂ ਵੈਰੀ ਮੱਚ ਜੀ ਔਰ ਅੱਜ ਟਾਈਮ ਬੋਲਣਾ ਤੁਸੀਂ ਹੈ ਅਤੇ ਮੈਂ ਸੁਣਨਾ ਹਾਂਜੀ ਸਾਡੇ ਦਰਸ਼ਕਾਂ ਨੇ ਵੀ ਅੱਜ ਸਿਰਫ ਸੁਣਨਾ ਹੀ ਆ ਇਹ ਜਿਹੜੀ ਤੁਸੀਂ ਹੋਮਿਓਪੈਥੀ ਦੀ ਜਦੋਂ ਤੁਸੀਂ DHMS ਕੀਤੀ ਉਹਦੇ ਬਾਅਦ ਫਿਰ ਤੁਹਾਡੇ ਦਿਮਾਗ ਦੇ ਵਿੱਚ ਇਹ ਕਿੱਥੋਂ ਗੱਲ ਪੈਦਾ ਹੋਈ ਕਿ ਹਾਂ ਬਈ ਮੈਂ ਇਹਦੇ 'ਚ ਥੋੜ੍ਹੀਆਂ ਕੁ ਡਿਫਰੈਂਟ ਚੀਜ਼ਾਂ ਵੀ ਇੰਟਰੋਡਿਊਸ ਕਰਾਂ ਡਾਕਟਰ ਸਾਹਿਬ ਆਪਾਂ ਸਾਰੇ ਡਾਕਟਰ ਹੈਨੀਮੈਨ ਦੇ ਪੈਰੋਕਾਰ ਹਾਂ ਔਰ ਡਾਕਟਰ ਹੈਨੀਮੈਨ ਸਾਹਿਬ ਨੇ ਔਰਗਨ ਆਫ ਮੈਡੀਸਨ ਦੇ ਵਿੱਚ ਜਿਹਨਾਂ ਨੇ ਵੀ ਜੇ ਹੋਮਪੈਥਿਕ ਫਿਜ਼ੀਸ਼ੀਅਨ ਇਹ ਗੱਲ ਸੁਣ ਰਹੇ ਹੋਣ ਜਿਹਨਾਂ ਨੂੰ ਪਤਾ ਹੋ ਗਿਆ ਕਿ 259 ਸੈਕਸ਼ਨ ਤੋਂ ਲੈ ਕੇ 290 ਸੈਕਸ਼ਨ ਤੱਕ ਐਗਜ਼ੀਲਰੀ ਮੈਥਡ ਜਿਹੜੇ ਹੋਰ ਮੈਥਡ ਹੋਮਪੈਥਿਕ ਦਵਾਈਆਂ ਦੇ ਨਾਲ ਕੀਤੇ ਜਾ ਸਕਦੇ ਨੇ ਉਹਨਾਂ ਦਾ ਬਹੁਤ ਵਧੀਆ ਜ਼ਿਕਰ ਕੀਤਾ ਵਾ ਔਰ ਜਦੋਂ ਪਿਛਲੇ 30 ਸਾਲ ਤੋਂ 35 ਸਾਲ ਤੋਂ ਵਾਰ ਵਾਰ ਅੱਧਾ ਘੰਟਾ 1.25 ਘੰਟਾ ਪੇਸ਼ੈਂਟ ਦੀ ਹਿਸਟਰੀ ਸੁਣਨ ਤੋਂ ਬਾਅਦ ਅਸੀਂ ਹੋਮਪੈਥਿਕ ਦਵਾਈਆਂ ਦਿੰਦੇ ਰਹੇ ਹਾਂ ਬੇਸ਼ੱਕ ਬਹੁਤ ਵਧੀਆ ਉਹਦਾ ਫਰਕ ਪੈਂਦਾ ਵਾ ਪਰ ਬਹੁਤ ਸਾਰੀਆਂ ਬਿਮਾਰੀਆਂ ਖਾਸ ਕਰਕੇ ਖਾਣ ਪੀਣ ਔਰ ਰਹਿਣ ਸਹਿਣ ਨਾਲ ਜਿਹੜੀਆਂ ਸੰਬੰਧਿਤ ਬਿਮਾਰੀਆਂ ਨੇ ਉਹ 100% ਠੀਕ ਨਹੀਂ ਹੁੰਦੀਆਂ ਇਸ ਕਰਕੇ ਇਹ ਲੱਗਾ ਕਿ ਕਿਉਂਕਿ 250 ਸਾਲ ਡਾਕਟਰ ਹੈਨੀਮੈਨ ਸਾਹਿਬ ਨੇ ਇਸ ਸਾਇੰਸ 'ਤੇ ਕੰਮ ਕੀਤਾ 6 ਐਡੀਸ਼ਨ ਔਰਗਨ ਦੇ ਲਿਖੇ ਔਰ ਸ਼ਾਇਦ ਹੁਣ ਸਮਾਂ ਆ ਗਿਆ ਵਾ ਜਦੋਂ ਕਿ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਰਿਵਾਈਵਲ ਚੱਲ ਰਹੀ ਹੈ ਹੋਮਪੈਥੀ ਮੈਡੀਸਨ ਦੇ ਉੱਪਰ ਔਰ ਕੁਛ ਐਗਜ਼ੀਲਰੀ ਮੈਥਡ ਇਹਦੇ ਵਿੱਚ ਹੋਰ ਜੋੜੇ ਜਾਣ ਔਰ ਭਾਰਤ ਦਾ ਵਸਨੀਕ ਹੋਣ ਕਰਕੇ ਪੰਜਾਬ ਤੋਂ ਹੋਣ ਕਰਕੇ ਯੋਗ ਬੜੀ ਆਸਾਨੀ ਦੇ ਨਾਲ ਹੋਮਪੈਥਿਕ ਮੈਡੀਸਨ ਦੇ ਨਾਲ ਜੋੜਿਆ ਜਾ ਸਕਦਾ ਕਿਉਂਕਿ ਇਹ ਉਸੇ ਢੰਗ ਨਾਲ ਹਵਾ ਵਿਚਲੀ ਆਕਸੀਜਨ ਸਰੀਰ 'ਤੇ ਕੰਮ ਕਰਦੀ ਆ ਪਾਣੀ ਸਰੀਰ 'ਤੇ ਕੰਮ ਕਰਦਾ ਵਾ ਕਿ ਅਸੀਂ ਹੋਮਪੈਥਿਕ ਮੈਡੀਸਨ ਦੇ ਨਾਲ ਇਹਨੂੰ ਬੜੀ ਆਸਾਨੀ ਨਾਲ ਇਹ ਵੀ ਕੁਦਰਤੀ ਤਰੀਕੇ ਇਲਾਜ ਦੇ ਨੇ ਹੋਮਪੈਥਿਕ ਵੀ ਕੁਦਰਤੀ ਤਰੀਕਾ ਇਲਾਜ ਦਾ ਵਾ ਇਹਨਾਂ ਚੀਜ਼ਾਂ ਨੂੰ ਬਹੁਤ ਆਸਾਨੀ ਨਾਲ ਹੋਮਪੈਥਿਕ ਮੈਡੀਸਨ ਦੇ ਨਾਲ ਜੋੜਿਆ ਜਾ ਸਕਦਾ ਡਾਕਟਰ ਸਾਹਿਬ ਆਮ ਤੌਰ ਦੇ ਉੱਪਰ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਨੇ ਅਸੀਂ ਉਹਨਾਂ ਨੂੰ ਡੈਫੀਨੇਟਲੀ ਇਹ ਗੱਲ ਕਰਦੇ ਹਾਂ ਵੀ ਤੁਸੀਂ ਖੁਰਾਕ ਜਿਹੜੀ ਆ ਉਸਦਾ ਆਪਣਾ ਲਾਈਫ ਪੈਟਰਨ ਚੇਂਜ ਕਰੋ ਪਲੱਸ ਤੁਸੀਂ ਐਕਸਰਸਾਈਜ਼ ਜਿਹੜੀ ਹੈ ਉਹ ਜ਼ਰੂਰ ਸ਼ੁਰੂ ਕਰੋ ਅਗਰ ਇੱਕ ਕੋਈ ਬੰਦਾ ਐਕਸਰਸਾਈਜ਼ ਕਰਦਾ ਹਾਂਜੀ 45 ਮਿੰਟ ਤੋਂ 1 ਘੰਟਾ ਹਫ਼ਤੇ 'ਚ 5-6 ਦਿਨ ਉਹਦੇ ਲਈ ਅਗਰ ਉਹ ਐਕਸਰਸਾਈਜ਼ ਕਰਦਾ ਉਹਦੇ ਲਈ ਫਿਰ ਯੋਗ ਜਿਹੜਾ ਉਹ ਕਿੰਨਾ ਕੁ ਇੰਪੋਰਟੈਂਟ ਆ ਵੇਖੋ ਜੀ ਯੋਗ ਕੋਈ ਇੱਕ ਤਰ੍ਹਾਂ ਦਾ ਨਹੀਂ ਬਹੁਤ ਲੋਕ ਸ਼ਾਇਦ ਜਦੋਂ ਯੋਗ ਦਾ ਸ਼ਬਦ ਆਉਂਦਾ ਵਾ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਕੁਛ ਆਸਣਾਂ ਦੀ ਗੱਲ ਆਉਂਦੀ ਹੈ ਕੁਛ ਲੋਕਾਂ ਦੇ ਦਿਮਾਗ ਦੇ ਵਿੱਚ ਸਾਹਾਂ ਦੇ ਪ੍ਰਾਣਾਯਾਮ ਜਿਹੜੇ ਵਿਧੀਆਂ ਨੇ ਉਹਨਾਂ ਦੀ ਗੱਲ ਆਉਂਦੀ ਹੈ ਪਰ ਮੇਰੇ ਮਨ ਦੇ ਵਿੱਚ ਜਾਂ ਗੁਰਬਾਣੀ ਦੇ ਸੰਦਰਭ ਵਿੱਚ ਅਸੀਂ ਪੰਜਾਬ ਦੇ ਵਿੱਚ ਇੱਥੇ ਉੱਥੇ ਕੰਮ ਕਰ ਰਹੇ ਹਾਂ ਕਿ ਯੋਗ ਇੱਕ ਤਰ੍ਹਾਂ ਦਾ ਨਹੀਂ ਯੋਗ ਹਜ਼ਾਰਾਂ ਤਰ੍ਹਾਂ ਦਾ ਵਾ ਯੋਗ ਦੇ ਵਿੱਚ ਕੋਈ ਵੀ ਜਦੋਂ 2 ਧਾਤੂਆਂ 2 ਐਟਮ ਆਪਸ ਵਿੱਚ ਮਿਲਦੇ ਨੇ ਉਹ ਵੀ ਇੱਕ ਤਰ੍ਹਾਂ ਦਾ ਅਲੱਗ ਯੋਗ ਬਣਦਾ ਵਾ ਹਾਈਡਰੋਜਨ ਅਤੇ ਆਕਸੀਜਨ ਦੇ 2 ਕਣ ਮਿਲਦੇ ਨੇ ਉਹ ਵੀ ਇੱਕ ਯੋਗ ਬਣਾ ਕੇ ਇੱਕ ਪਾਣੀ ਨੂੰ ਜਨਮ ਦਿੰਦੇ ਨੇ ਇਸੇ ਢੰਗ ਨਾਲ ਯੋਗ ਦੀ ਪਰਿਭਾਸ਼ਾ ਜਿਹੜੀ ਹੈ ਬਹੁਤ ਵਿਸਥਾਰਤ ਆ ਔਰ ਅਸੀਂ ਜਦੋਂ ਹੋਮਪੈਥਿਕ ਮੈਡੀਸਨ ਦੇ ਨਾਲ ਯੋਗ ਦੀ ਗੱਲ ਕਰਦੇ ਹਾਂ ਕੁਛ ਸਾਹਾਂ ਦੀ ਐਕਸਰਸਾਈਜ਼ ਦਿਨ ਵੇਲੇ ਇੱਕ ਵਿਧੀਵਤ ਤਰੀਕੇ ਨਾਲ ਕੀਤੀਆਂ ਜਾਣ ਉਹਨੂੰ ਅਸੀਂ ਪਵਨ ਗੁਰੂ ਯੋਗ ਕਹਿੰਦੇ ਹਾਂ
ਕੁਛ ਪਾਣੀ ਨੂੰ ਸਹੀ ਢੰਗ ਨਾਲ ਆਪਣੀ ਸਿਹਤ ਵਾਸਤੇ ਇਸਤੇਮਾਲ ਕਰਨਾ, ਉਹਨੂੰ ਅਸੀਂ ਪਾਣੀ ਪਿਤਾ ਯੋਗ ਕਹਿੰਦੇ ਹਾਂ। ਔਰ ਇਸ ਗੱਲ ਨੂੰ ਗੁਰੂ ਨਾਨਕ ਦੇਵ ਜੀ ਨੇ ਮਾਤਾ ਧਰਤ ਮਹੱਤ ਯੋਗ ਦੀ ਜਦੋਂ ਗੱਲ ਕੀਤੀ ਹੈ ਤਾਂ ਉਸਦਾ ਮਤਲਬ ਕਿ ਧਰਤੀ ਮਾਂ ਦੀ ਕੁੱਖ 'ਚੋਂ ਜੋ ਕੁਛ ਵੀ ਉਪਜਦਾ ਵਾ ਖੁਰਾਕ ਦੇ ਰੂਪ ਵਿੱਚ, ਕੁਦਰਤੀ ਤੌਰ 'ਤੇ ਉਹਨੂੰ ਅਸੀਂ ਕਿਸ ਢੰਗ ਨਾਲ ਇਸਤੇਮਾਲ ਕਰੀਏ, ਇਸ ਨੂੰ ਅਸੀਂ ਮਾਤਾ ਧਰਤ ਮਹੱਤ ਯੋਗ ਦੀ ਗੱਲ ਕਹਿੰਦੇ ਹਾਂ। ਇਹ ਫਿਰ ਜਦੋਂ ਤੁਸੀਂ ਕਿਤਾਬ ਲਿਖੀ, ਇਹਨੂੰ ਕਿੰਨੇ ਕੁ ਸਾਲ ਤੋਂ ਤੁਸੀਂ ਐਕਸਪੈਰੀਮੈਂਟ ਕਰ ਰਹੇ ਹੋ? ਇਸ ਤੋਂ ਪਹਿਲਾਂ ਜਿਹੜੀ ਮੇਰੀ ਕਿਤਾਬ ਪਬਲਿਸ਼ ਹੋਈ ਹੈ ਉਹਦਾ ਨਾਮ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮਹੱਤ। ਜਦੋਂ ਅਸੀਂ ਇਸ ਚੀਜ਼ ਨੂੰ ਪ੍ਰੈਕਟੀਕਲੀ ਆਪਣੇ ਹੋਸਪਿਟਲ 'ਚ ਅਪਲਾਈ ਕੀਤਾ, ਜਿੰਨੇ ਵੀ ਸਾਡੇ OPD ਪੇਸ਼ੈਂਟ ਨੇ ਉਹਨਾਂ ਨੂੰ ਹਰ ਐਤਵਾਰ ਮੇਰੇ ਜਿਹੜਾ ਜੋਸਨ ਹੋਸਟਿਕ ਸੈਂਟਰ ਆ ਉਹਦੇ ਵਿੱਚ ਉਹਨਾਂ ਨੂੰ 11 ਤੋਂ 1 ਵਜੇ ਤੱਕ OPD ਪੇਸ਼ੈਂਟ ਨੂੰ ਆਉਣਾ ਤਕਰੀਬਨ ਲਾਜ਼ਮੀ ਹੈ। ਔਰ ਜਦੋਂ ਉਹਨਾਂ ਨੂੰ ਅਸੀਂ ਇਹ ਵਿਧੀਆਂ ਸਿਖਾਈਆਂ ਮੈਡੀਸਨ ਦੇ ਨਾਲ, ਵੀ ਮੈਡੀਸਨ ਵੀ ਵਰਤੋਂ ਨਾਲ ਨਾਲ ਸਵੇਰੇ ਅੱਧਾ ਘੰਟਾ 40 ਮਿੰਟ ਤੱਕ ਸਾਰੀਆਂ ਸਾਹਾਂ ਦੀਆਂ ਵਿਧੀਆਂ, ਸਵੇਰੇ ਉੱਠ ਕੇ 2 ਗਲਾਸ ਪਾਣੀ ਪੀਓ, ਖਾਣਾ ਖਾਣ ਤੋਂ ਪਹਿਲਾਂ 1 ਗਲਾਸ ਪਾਣੀ ਪੀਓ, ਸਾਰੇ ਦਿਨ ਦੇ ਵਿੱਚ 8 ਤੋਂ ਲੈ ਕੇ 12 ਗਲਾਸ ਮੌਸਮ ਦੇ ਅਨੁਸਾਰ ਪਾਣੀ ਪੀਓ, ਔਰ ਖੁਰਾਕ ਜਿਹੜੀ ਹੈ ਜਿੰਨੀ ਤੁਸੀਂ ਕੁਦਰਤੀ ਕਰ ਸਕਦੇ ਜੋ ਕੁਦਰਤੀ ਹਿੱਕ 'ਚੋਂ ਜੋ ਕੁਛ ਨਿਕਲਦਾ ਵਾ ਉਹਨੂੰ ਮਸਾਲਿਆਂ ਨਾਲ ਡੀਪ ਫਰਾਈ ਕਰਕੇ ਕਰਨ ਦੀ ਬਜਾਏ ਕੁਦਰਤੀ ਤੌਰ 'ਤੇ ਖਾਣ ਦੀ ਕੋਸ਼ਿਸ਼ ਕਰੋ, ਅਤੇ ਅਸੀਂ ਦੇਖਿਆ ਕਿ ਇਹਦੇ ਬਹੁਤ ਵਧੀਆ ਰਿਜ਼ਲਟ ਮਿਲਣੇ ਸ਼ੁਰੂ ਹੋ ਗਏ ਨੇ। ਇਸ ਕਰਕੇ ਫਿਰ ਜਿਹੜੀ ਦੂਸਰੀ ਕਿਤਾਬ ਤੁਹਾਡੇ ਹੱਥ ਵਿੱਚ ਹੈ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਾਓ, ਜੇ ਅਸੀਂ ਇਹ ਮਨ 'ਚ ਧਾਰ ਲਈਏ ਕਿ ਇਸੇ ਤੋਂ ਬਚਣਾ ਵਾ, ਅਤੇ ਇਹਨਾਂ 3 ਬੇਸਿਕ ਚੀਜ਼ਾਂ ਨੂੰ ਆਪਣੇ 'ਤੇ ਅਪਲਾਈ ਕਰਕੇ ਆਪਾਂ 100% ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਪਰ ਜੇ ਸਾਡੇ 'ਤੇ ਉਹ ਬਿਮਾਰੀਆਂ ਨੇ ਧਾਵਾ ਬੋਲ ਵੀ ਦਿੱਤਾ ਵਾ, 60% 70% ਦਿਲ ਦੀਆਂ ਬਿਮਾਰੀਆਂ, ਨਾੜੀਆਂ ਤੰਗ ਵੀ ਹੋ ਗਈਆਂ ਨੇ, ਅਤੇ ਹੁਣ ਇਹ ਨਹੀਂ ਕਿ ਭਾਰਤ ਵਿੱਚ ਹੀ ਕੰਮ ਹੋ ਗਿਆ, ਅਮੈਰੀਕਾ ਦੇ ਵਿੱਚ ਡਾਕਟਰ ਡੀਨਾ ਔਰਨਿਸ਼ ਨੇ ਕੰਮ ਕੀਤਾ, ਰਿਵਰਸਲ ਕਰਕੇ ਦਿਖਾਇਆ, ਇੰਡੀਆ ਦੇ ਵਿੱਚ ਵੀ ਇੱਕ ਬਹੁਤ ਅੱਛੇ ਕਾਰਡੀਓਲੋਜਿਸਟ ਨੇ ਡਾਕਟਰ ਬਿਮਲ ਸੱਜਰ, ਉਹ ਵੀ ਇਸੇ ਵਿਧੀ ਦਾ ਉਪਯੋਗ ਕਰ ਰਹੇ ਨੇ, ਔਰ ਇਸੇ ਵਿਧੀ ਦਾ ਵਿਸਥਾਰ ਕਰਕੇ ਅਸੀਂ ਆਪਣੇ ਹਸਪਤਾਲ 'ਚ ਨੂੰ ਅਪਲਾਈ ਕਰ ਰਹੇ ਹਾਂ ਔਰ ਬਹੁਤ ਵਧੀਆ ਰਿਜ਼ਲਟ ਸਾਨੂੰ ਮਿਲ ਰਹੇ ਨੇ। ਡਾਕਟਰ ਸਾਹਿਬ, ਗੱਲ ਇਹ ਹੈ ਕਿ ਹੋਮਿਓਪੈਥੀ ਜਿਹੜੀ ਹੈ ਉਹਦੇ ਬਾਰੇ ਮੈਨੂੰ ਇੱਥੇ ਹੋ ਗਏ 25 ਸਾਲ, ਮੈਂ ਕਾਫੀ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹੋਮਿਓਪੈਥੀ ਦੇ ਕੋਈ ਸਾਈਡ ਇਫੈਕਟ ਨਹੀਂ ਹੈਗੇ, ਤੁਸੀਂ ਇਸ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰੋ। ਮੈਂ ਅੱਜ ਜ਼ਿਆਦਾ ਨਹੀਂ ਬੋਲਣਾ, ਅੱਜ ਮੈਂ ਚਾਹੁੰਦਾ ਕਿ ਤੁਸੀਂ ਉਹ ਐਕਸਪਲੇਨ ਸਾਨੂੰ ਕਰੋ ਕਿ ਹੋਮਿਓਪੈਥੀ ਜਿਹੜੀ ਇਹ ਸੱਚ ਹੈ ਇਹਦੇ ਬਾਰੇ ਉੱਥੇ ਕੀ ਓਪੀਨੀਅਨ ਹੈ, ਔਰ ਤੁਸੀਂ ਇੱਥੇ ਵੀ ਬੜੇ ਡਾਕਟਰਾਂ ਨੂੰ ਵੀ ਤੁਸੀਂ ਮਿਲੇ ਹੋ, ਸਭ ਕੁਛ ਹੋਇਆ, ਇੱਥੇ ਕੀ ਓਪੀਨੀਅਨ ਹੈ? ਵੇਖੋ, ਪਹਿਲਾਂ ਮੈਂ ਇੱਥੋਂ ਦੀ ਥੋੜ੍ਹੀ ਜਿਹੀ ਗੱਲ ਕਰਾਂਗਾ। ਇੱਥੇ ਤਾਂ ਮੈਨੂੰ ਜਦੋਂ ਹੋਮਿਓਪੈਥਿਕ ਫਿਜੀਸ਼ੀਅਨ ਦੀ ਗੱਲ ਮੌਕਾ ਮਿਲਿਆ, ਔਰ ਵਾਰ ਵਾਰ ਸ਼ਾਰਦਾ ਜੀ ਐਜ ਏ ਹੋਮਿਓਪੈਥ ਔਰ ਕੁਛ ਸੱਜਣਾਂ ਨੇ ਤਾਂ ਮੈਨੂੰ ਇਹ ਵੀ ਕਿਹਾ ਕਿ ਤੁਸੀਂ ਸੰਸਥਾਵਾਂ ਨੂੰ ਸਥਾਪਿਤ ਕਰਨ ਲਈ ਬਾਬਾ ਬੋਰਡ ਦਾ ਕੰਮ ਕੀਤਾ ਵਾ, ਔਰ ਬਹੁਤ ਵਧੀਆ ਲੱਗਾ। ਔਰ ਆਪਣੇ ਆਪਣੇ ਲੈਵਲ ਦੇ ਉੱਤੇ ਸਾਰੇ ਹੋਮਿਓਪੈਥਿਕ ਜਿਹਨਾਂ ਜਿਹਨਾਂ ਸੱਜਣਾਂ ਨੂੰ ਮਿਲਿਆ ਮੈਂ ਵਧੀਆ ਕੰਮ ਕਰ ਰਹੇ ਨੇ। ਮੈਂ ਕਈ ਵਾਰੀ ਐਜ ਏ ਚੇਅਰਮੈਨ ਹੋਣ ਕਰਕੇ ਮੈਨੂੰ ਸਾਰੇ ਪੰਜਾਬ ਦੇ ਵਿੱਚ ਅਲੱਗ ਅਲੱਗ ਸੰਸਥਾਵਾਂ 'ਚ ਜਾਣਾ ਪੈਂਦਾ ਵਾ, ਔਰ ਮੈਂ ਕਦੀ ਕਦੀ ਸੋਚਦਾ ਵਾਂ ਕਿ ਜਿੰਨੇ ਤਰ੍ਹਾਂ ਦੇ ਹੋਮਿਓਪੈਥ ਆ ਉਨੇ ਤਰ੍ਹਾਂ ਦੀ ਹੋਮਿਓਪੈਥੀ ਆ, ਔਰ ਕਿਉਂਕਿ ਇਹ ਇੰਡੀਵਿਜੁਅਲਿਸਟਿਕ ਸਿਸਟਮ ਆ, ਅਸੀਂ ਹਰ ਪੇਸ਼ੈਂਟ ਨੂੰ ਇੰਡੀਵਿਜੁਅਲਾਈਜ਼ ਕਰਦੇ ਹਾਂ, ਇਸ ਕਰਕੇ ਕੁਦਰਤੀ ਤੌਰ 'ਤੇ ਇੰਨਾ ਇਸ ਢੰਗ ਦਾ ਫਰਕ ਹੋਣਾ ਲਾਜ਼ਮੀ ਵੀ ਆ। ਪਰ ਹੋਮਿਓਪੈਥਿਕ ਮੈਡੀਸਨ ਜਿਹੜੀਆਂ ਨੇ, ਭਾਰਤ ਜਿਹੜਾ ਥੋੜ੍ਹਾ ਜਿਹਾ ਅਧਿਆਤਮਿਕਤਾ ਵਾਲੇ ਪਾਸੇ ਜ਼ਿਆਦਾ ਝੁਕਾਵ ਆ, ਉੱਥੇ ਲੋਕਾਂ ਦਾ ਝੁਕਾਵ ਵੀ ਇਸ ਪਾਸੇ ਜ਼ਿਆਦਾ ਵਧਿਆ, ਔਰ ਕੋਈ 250 ਕਾਲਜ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਮੈਡੀਕਲ ਕਾਲਜ ਨੇ ਜਿਹਦੇ ਜਿੱਥੋਂ ਹਜ਼ਾਰਾਂ ਡਾਕਟਰ ਜਿਹੜੇ ਨੇ ਉਹ ਸਿਖਲਾਈ ਪ੍ਰਾਪਤ ਕਰਕੇ ਬਾਹਰ ਨਿਕਲਦੇ ਨੇ, ਬਹੁਤ ਸਾਰਾ ਵਧੀਆ ਰਿਸਰਚ ਦਾ ਕੰਮ ਵੀ ਭਾਰਤ ਦੇ ਵਿੱਚ ਹੋ ਰਿਹਾ ਵਾ। ਪਰ ਹੁਣ ਮੈਨੂੰ ਇਹ ਗੱਲ ਚੰਗੀ ਲੱਗੀ, ਸ਼ਾਇਦ ਇਸ ਕੋਇਨਸੀਡੈਂਸ, ਕਿ ਜਿਹੜੀ ਓਨਟਾਰੀਓ ਸਟੇਟ ਦੇ ਵਿੱਚ ਵੀ ਜਿਹੜੀ ਕੌਂਸਲ ਟਾਈਪ, ਜਿਸ ਤਰ੍ਹਾਂ ਅਸੀਂ ਕੌਂਸਲ ਨੂੰ ਪੰਜਾਬ 'ਚ ਰਨ ਕਰ ਰਹੇ ਹਾਂ, ਇਸ ਢੰਗ ਦੀ ਸਥਾਪਨਾ ਹੋ ਰਹੀ ਆ, ਗੌਰਮੈਂਟ ਹੋ ਚੁੱਕੀ ਆ, ਔਰ ਗੌਰਮੈਂਟ ਦੀ ਮਦਦ ਦੇ ਨਾਲ ਇਹ ਇਸ ਨੂੰ ਪੂਰੇ ਨੂੰ ਚੈਨਲਾਈਜ਼ ਕੀਤਾ ਜਾ ਰਿਹਾ ਵਾ, ਇੱਕ ਬਹੁਤ ਵਧੀਆ ਗੱਲ ਆ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਹੁਣ ਤੱਕ 150 ਹੋਮਿਓਪੈਥ ਜਿਹੜੇ ਨੇ, ਅੱਜ ਦੀ ਡੇਟ ਦੇ ਵਿੱਚ 150 ਹੋਮਿਓਪੈਥ ਜਿਹੜੇ ਨੇ ਉਹ ਰਜਿਸਟਰਡ ਹੋ ਚੁੱਕੇ ਨੇ, ਔਰ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਸਿਰਫ ਕੋਈ ਰਜਿਸਟਰਡ ਜਿਹੜਾ ਹੋਮਿਓਪੈਥ ਹੈ ਉਹਦੇ ਤੋਂ ਹੀ ਆਪਣਾ ਇਲਾਜ ਕਰਾਓ, ਕਿਉਂਕਿ ਉਹ ਬਕਾਇਦਾ ਕਾਬਲ ਹੈ, ਉਸ ਦਾ ਸਾਰੇ ਕਿਸਮ ਦੇ ਜਿਹੜੇ ਟੈਸਟ ਨੇ ਉਹ ਕੰਪਲੀਟ ਹੋ ਚੁੱਕੇ ਹੋਏ ਨੇ। ਸੋ ਤੁਸੀਂ ਲਿਸਟ ਜਿਹੜੀ ਹੈ ਉਹ ਹਮੇਸ਼ਾ ਜਾ ਕੇ ਦੇਖੋ ਕਾਲਜ ਆਫ ਹੋਮਿਓਪੈਥ, ਹਾਂਜੀ, ਉਹਦੇ ਵਿੱਚ ਜਾ ਕੇ ਤੁਹਾਨੂੰ ਲਿਸਟ ਮਿਲ ਜਾਏਗੀ ਡਾਕਟਰਾਂ ਦੀ ਹਰ ਜਗ੍ਹਾ ਦੇ ਉੱਪਰ, ਸਾਰੇ ਓਨਟੇਰੀਓ ਦੇ ਵਿੱਚ ਅਜੇ ਤੱਕ ਸਿਰਫ 150 ਡਾਕਟਰ ਜਿਹੜੇ ਨੇ ਉਹ ਰਜਿਸਟਰ ਹੋਏ ਨੇ। ਉਹ ਹਰ ਜਿਹੜਾ ਰਜਿਸਟਰ ਡਾਕਟਰ ਹੈਗਾ ਉਸ ਨੂੰ ਹੁਣ ਕੰਪਲਸਰੀ ਹੈ ਕਿ ਉਸ ਨੂੰ ਇੰਸ਼ੋਰੈਂਸ ਵੀ ਲੈਣੀ ਪੈਂਦੀ ਆ, ਔਰ ਤੁਸੀਂ ਹੁਣ ਹਰ ਹੋਮਿਓਪੈਥ ਕੋਲ ਜਾ ਕੇ
ਇਹ ਵੀ ਪੁੱਛ ਸਕਦੇ ਹੋ ਕਿ ਤੁਹਾਨੂੰ ਕਿਹੜੀ ਮੈਡੀਸਨ ਦੇ ਰਹੇ ਨੇ, ਕਿਉਂ ਦੇ ਰਹੇ ਨੇ, ਔਰ ਹਰ ਕਿਸਮ ਦੀ ਤੁਸੀਂ ਉਹਨਾਂ ਨਾਲ ਹੁਣ ਗੱਲਬਾਤ ਕਰ ਸਕਦੇ ਹੋ। ਇਹ ਤਾਂ ਇੱਥੋਂ ਦੀ ਹੈ, ਲੇਕਿਨ ਅੱਜ ਸਾਡੇ ਗੈਸਟ ਨੇ ਡਾਕਟਰ ਰਣਬੀਰ ਸਿੰਘ ਜੋਸਨ, ਜਿਹੜੇ ਕਿ ਜੋਸਨ ਹੋਲਿਸਟਿਕ ਕਲੀਨਿਕ ਉੱਥੇ ਚਲਾਉਂਦੇ ਨੇ। ਡਾਕਟਰ ਸਾਹਿਬ, ਕਿੰਨੇ ਬੈਡਸ ਦਾ ਹੋਸਪਿਟਲ ਹੈ ਤੁਹਾਡਾ? ਜੀ, ਮੇਰਾ ਇੱਕ ਜੋਸਨ ਹੋਲਿਸਟਿਕ ਸੈਂਟਰ ਦੇ ਨਾਂ ਅੰਡਰ ਕੋਈ 40 ਬੈੱਡ ਦਾ ਹੋਸਪਿਟਲ ਆ। ਅੱਛਾ। ਇੰਟੈਗ੍ਰੇਟਡ ਮੈਡੀਸਨ ਜਾਂ ਇਸ ਕੰਟੀਨੈਂਟ ਦੇ ਵਿੱਚ ਉਹਨੂੰ ਕੰਪਲੀਮੈਂਟਰੀ ਮੈਡੀਸਨ ਵੀ ਕਿਹਾ ਜਾਂਦਾ ਵਾ। ਰਾਈਟ। ਉੱਥੇ ਆਯੁਰਵੈਦਾ ਦੇ MD ਡਾਕਟਰ ਵੀ ਨੇ, ਔਨ ਵਿਜਿਟ ਨੇ, ਕਿਉਂਕਿ ਰੂਰਲ ਸਾਈਡ ਦੇ ਉੱਤੇ ਮੇਰਾ ਹੋਸਪਿਟਲ ਹੈ, ਇਸ ਕਰਕੇ ਕੁਛ ਜਿਹੜੇ MBBS ਡਾਕਟਰ, MD ਮੈਡੀਸਨ ਨੇ, ਉਹ ਵੀ ਉੱਥੇ ਅਵੇਲੇਬਲ ਨੇ। ਕਈ ਵਾਰੀ ਅਸੀਂ ਕੋਸ਼ਿਸ਼ ਕਰਦੇ ਹਾਂ, ਸਾਡੇ ਕੋਲ ਮੈਟਰਨਿਟੀ ਹੋਮ ਵੀ ਹੈ ਉੱਥੇ, ਔਰ ਨੈਚੁਰਲ ਡਿਲੀਵਰੀ ਦੇ ਉੱਤੇ ਅਸੀਂ ਜ਼ੋਰ ਦਿੰਦੇ ਹਾਂ, ਪਰ ਜਦੋਂ ਮਾਂ ਔਰ ਜੱਚਾ ਬੱਚਾ ਦੀ ਸਿਹਤ ਦਾ ਖਿਆਲ ਹੋਵੇ, ਉਹਨਾਂ ਦੀ ਜ਼ਿੰਦਗੀ ਦਾ ਸਵਾਲ ਹੋਵੇ, ਅਤੇ ਫਿਰ ਔਨ ਕਾਲ ਵਿਦਨ 5 to 10 minutes ਸਾਡੇ ਕੋਲ ਜਿਹੜੇ ਸਰਜਨ ਨੇ ਉਹ ਵੀ ਉੱਥੇ ਪਹੁੰਚ ਜਾਂਦੇ ਨੇ। ਇਸ ਕਰਕੇ ਇਸ ਸ਼ੋਰਟ ਆਫ ਇੰਟੈਗ੍ਰੇਟਡ ਮੈਡੀਸਨ ਹੋਲਿਸਟਿਕ ਅਪਰੋਚ ਹੈ। ਕੋਸ਼ਿਸ਼ ਕਰਦੇ ਹਾਂ ਕਿ ਕੁਦਰਤ ਦੇ ਨਿਯਮਾਂ ਦੇ ਅਧੀਨ ਅਸੀਂ ਕੰਮ ਕਰਦੇ ਹੋਏ ਇਲਾਜ ਕਰੀਏ। ਡਾਕਟਰ ਸਾਹਿਬ, ਵੈਸੇ ਤਾਂ ਹੁਣ ਸੁਣਿਆ ਕਿ ਮੈਂ ਕੰਪਲਸਰੀ ਹੋ ਗਿਆ, ਜਿੰਨੇ ਵੀ ਹੋਮਿਓਪੈਥਿਕ ਮੈਡੀਕਲ ਕਾਲਜ ਉੱਥੇ ਹੈਗੇ ਨੇ, ਕਿ ਉਹਨਾਂ ਨੂੰ ਹੋਸਪਿਟਲ ਦੇ ਵਿੱਚ ਜਾ ਕੇ ਜਿਹੜੇ ਨੇ ਬੱਚਿਆਂ ਨੂੰ ਕਮ ਸੇ ਕਮ 50 ਤੋਂ ਲੈ ਕੇ 100 ਦੇ ਵਿਚਕਾਰ ਹਾਂਜੀ ਅਸਿਸਟ ਕਰਨਾ ਪੈਂਦਾ, ਔਰ ਨਾਲ ਦੇਖ ਉਹਨਾਂ ਨੂੰ ਹੈਲਪ ਕਰਨੀ ਪੈਂਦੀ, ਔਰ ਦੇਖਣਾ ਪੈਂਦਾ ਕਿ ਬੱਚੇ ਕਿਸ ਤਰ੍ਹਾਂ ਪੈਦਾ ਹੁੰਦੇ ਨੇ। ਇਜ਼ ਇਟ ਟਰੂ? ਜੀ, ਵੈਸੇ ਤਾਂ ਹਰ ਹੋਸਪਿਟਲ ਦੇ ਵਿੱਚ 4.5 ਸਾਲ ਜਾਂ 5 ਸਾਲ ਦੀ ਜਿਹੜੀ ਕੁਆਲੀਫਿਕੇਸ਼ਨ ਤੋਂ ਬਾਅਦ 6 ਮਹੀਨੇ ਤੋਂ ਲੈ ਕੇ 1 ਸਾਲ ਦੀ ਇੰਟਰਨਸ਼ਿਪ ਸਾਰਿਆਂ ਲਈ ਲਾਜ਼ਮੀ ਹੈ। ਪਰ ਪੰਜਾਬ ਗੌਰਮੈਂਟ ਨੇ ਇੱਕ ਬੜਾ ਵਧੀਆ ਉਪਰਾਲਾ ਪਿੱਛੇ ਜਿਹੇ ਸ਼ੁਰੂ ਕੀਤਾ ਵਾ, ਜਿਹੜੇ ਸਾਡੇ ਪੰਜਾਬ ਗੌਰਮੈਂਟ ਦੇ ਅੰਦਰ ਕੋਈ 250 ਦੇ ਆਸ ਪਾਸ ਹੋਮਿਓਪੈਥਿਕ ਡਿਸਪੈਂਸਰੀਜ਼ ਨੇ, ਔਰ ਉਹਨਾਂ ਨੇ ਕੋਈ ਜਿਹੜੀਆਂ ਖਾਸ ਕਰਕੇ ਲੇਡੀ ਡਾਕਟਰਸ ਨੇ, ਉਹਨਾਂ ਦੀ ਇੱਕ ਸਪੈਸ਼ਲ ਟ੍ਰੇਨਿੰਗ ਦਾ ਅਰੇਂਜਮੈਂਟ ਕੀਤਾ ਵਾ ਕਿ MD ਗਾਇਨੋਕੋਲੋਜਿਸਟ ਔਰ ਉਹਨਾਂ ਦੇ ਅੰਡਰ ਉਹ ਡਿਲੀਵਰੀਜ਼ ਕਰਨ ਦਾ ਤਰੀਕਾ ਸਿੱਖਣ, ਤਾਂ ਕਿ ਜਿਹੜੀਆਂ ਹੋਮਿਓਪੈਥਿਕ ਡਿਸਪੈਂਸਰੀ ਨੇ ਉਹਦੇ ਵਿੱਚ ਵੀ ਨੈਚੁਰਲ ਡਿਲੀਵਰੀ ਦੇ ਵਿੱਚ ਉਹਨਾਂ ਫੀਮੇਲ ਦੀ ਮਦਦ ਕੀਤੀ ਜਾ ਸਕੇ, ਔਰ ਜੇ ਕਿਸੇ ਕਾਰਨ ਕਰਕੇ ਕੋਈ ਐਮਰਜੈਂਸੀ ਪੈਦਾ ਹੁੰਦੀ ਹੈ ਤਾਂ ਉਹ ਜਿਹੜੇ ਕੇਸ ਨੇ ਉਹ ਸਬਸਿਡਰੀ ਹੈਲਥ ਸੈਂਟਰ ਨੂੰ ਰੈਫਰ ਕੀਤੇ ਜਾ ਸਕਣ। ਵੈਰੀ ਗੁੱਡ। ਚਲੋ, ਆਪਾਂ ਇਹ ਗੱਲਾਂ ਚੱਲਦੀਆਂ ਰਹਿਣਗੀਆਂ। ਬੈਕ ਆਈਏ ਤੁਹਾਡੇ ਪਵਨ ਯੋਗ ਥੈਰਾਪਿਸਟ, ਉਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਜੋ ਕੁਝ ਦੱਸਣਾ ਚਾਹੁੰਦੇ ਹੋ ਦੱਸੋ। ਵੇਖੋ ਜੀ, ਮੈਂ ਤਾਂ ਕਹਿੰਦਾ ਕਿ ਇਹ ਤਾਂ ਪਵਨ ਗੁਰੂ ਦੀ ਮਿਹਰ ਆ। ਜਦੋਂ ਮੈਂ ਸਵੇਰੇ ਆਪਣੇ ਪੇਸ਼ੈਂਟ ਨੂੰ 2-2 ਘੰਟੇ ਇਹ ਪਵਨ ਗੁਰੂ ਯੋਗ ਦੀ ਟ੍ਰੇਨਿੰਗ ਦਿੰਦਾ ਰਿਹਾ, ਔਰ ਉਹ ਸ਼ਾਇਦ ਉਸ ਪਵਨ ਗੁਰੂ ਨੇ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਪਵਨ ਨੂੰ ਮੰਨਿਆ, ਉਹਨਾਂ ਨੇ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ, ਔਰ ਜਦੋਂ ਇਹ ਢੇਰ ਸਾਰੀ ਆਕਸੀਜਨ ਜਿਹੜੀ ਆ ਯੋਗ ਕਰਦਿਆਂ ਕਰਦਿਆਂ ਦਿਮਾਗ ਦੀਆਂ ਨਸਾਂ ਤੱਕ ਪਹੁੰਚੀ, ਤਾਂ ਮੈਨੂੰ ਇਸੇ ਗੱਲ ਨੇ ਪ੍ਰੇਰਿਆ ਕਿ ਮੈਂ ਉਸ ਵਿਸ਼ੇ ਦੇ ਉੱਤੇ ਇੱਕ ਕਿਤਾਬ ਲਿਖਾਂ, ਔਰ ਉਹ ਕਿਤਾਬ ਜਿਹੜੀ ਆ ਉਹ ਬਹੁਤ ਸਾਰੇ ਲੋਕਾਂ ਨੂੰ ਪਸੰਦ ਵੀ ਆ ਰਹੀ ਹੈ। ਪਵਨ ਵਿਚਲੀ ਆਕਸੀਜਨ, ਗੁਰੂ ਦਾ ਕੰਮ ਕਿਸ ਤਰ੍ਹਾਂ ਕਰਦੀ ਹੈ, ਕਾਫੀ ਡਿਟੇਲ ਨਾਲ ਇਸ ਗੱਲ ਨੂੰ ਅਸੀਂ ਡਿਸਕਸ ਕੀਤਾ ਵਾ। ਪਾਣੀ ਜਿਹੜਾ ਵਾ ਉਹ ਪਿਤਾ ਬਣ ਕੇ ਸਾਰੇ ਸਰੀਰ ਦੀ ਰੱਖਿਆ ਕਿਸ ਤਰ੍ਹਾਂ ਕਰਦਾ ਵਾ, ਇਹਨੂੰ ਪ੍ਰੈਕਟੀਕਲੀ ਕਰਨ ਦੀ, ਖਾਲੀ ਸੁਣਨ ਨਾਲ ਕੁਛ ਨਹੀਂ ਆਉਣਾ ਇਹਨੂੰ। ਇਟਸ ਵੈਰੀ ਸਿੰਪਲ। ਜੇ ਹੁਣ ਇਸ ਵੇਲੇ ਕੋਈ, ਕਿਉਂਕਿ ਇਸ ਤਰ੍ਹਾਂ ਦੀਆਂ ਕੋਈ ਪ੍ਰੈਕਟੀਕਲ ਵਿਧੀਆਂ ਤੁਹਾਡੇ ਨਾਲ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ, ਬਟ ਇੱਕ ਤੋਂ ਆਸਾਨ ਦੱਸੋ ਸਾਡੇ ਦਰਸ਼ਕ, ਤਾਂ ਕਿ ਥੋੜ੍ਹੀ ਬਹੁਤ ਜਿਹੜੀ ਆਪਣੇ ਆਪ ਹੀ ਕੁਛ ਕਰ ਸਕਣ। ਹਾਂ ਬਿਲਕੁਲ, ਆਸਾਨ ਵਿਧੀ ਤਾਂ ਇਹੀ ਆ ਕਿ ਜੇ ਤੁਹਾਨੂੰ ਬਰੀਦਿੰਗ ਐਕਸਰਸਾਈਜ਼ ਲੰਬੀਆਂ ਚੌੜੀਆਂ ਨਹੀਂ ਵੀ ਆਉਂਦੀਆਂ, ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੰਮ ਮੂੰਹ ਹੱਥ ਧੋਣ ਤੋਂ ਬਾਅਦ, ਆਪਣੀਆਂ ਜਿਹੜੀਆਂ ਡੇਲੀ ਜਿਹੜੀਆਂ ਨਿਵਰਤੀਆਂ ਤੋਂ ਬਾਅਦ, ਸਭ ਤੋਂ ਪਹਿਲਾਂ ਕੰਮ 2 ਗਲਾਸ ਤੋਂ ਲੈ ਕੇ 1.25 ਲੀਟਰ ਤੱਕ ਪਾਣੀ ਜਿਹੜਾ ਵਾ ਉਹ ਪੈਰਾਂ ਭਾਰ ਬੈਠ ਕੇ ਪੀਓ। ਇਹਦਾ ਡਿਫਰੈਂਟ ਜਿਹੜਾ ਬਾਡੀ ਦਾ ਮਸਕੂਲਰ ਸਿਸਟਮ ਆ ਉਹਦੇ 'ਤੇ ਡਿਫਰੈਂਟ ਅਸਰ ਹੁੰਦਾ। ਫਿਰ 2-4-5 ਮਿੰਟ ਆਪਣੇ ਕਮਰੇ 'ਚ ਜਾਂ ਬਾਹਰ ਕਮਰੇ ਤੋਂ ਘੁੰਮਣ ਫਿਰਨ ਤੋਂ ਬਾਅਦ ਮੌਸਮ ਦੇ ਅਨੁਸਾਰ ਥੋੜ੍ਹਾ ਜਿਹਾ ਪਾਣੀ ਜਦੋਂ ਹਜ਼ਮ ਤੁਹਾਡੇ ਸਰੀਰ 'ਚ ਹੋ ਜਾਂਦਾ ਵਾ, ਫਿਰ 5 ਤੋਂ ਲੈ ਕੇ 10 ਮਿੰਟ ਤੱਕ ਲੰਬੇ ਸਾਹ ਦੀਆਂ ਕਿਰਿਆਵਾਂ ਕਰੋ। ਉਹਨਾਂ ਨੂੰ ਕਰਨ ਦੇ ਡਿਫਰੈਂਟ ਤਰੀਕੇ ਨੇ ਜਿਹੜੇ ਕਿ ਇੱਕ ਸਿਸਟਮੈਟਿਕ ਢੰਗ ਨਾਲ ਸਿੱਖੇ ਜਾ ਸਕਦੇ ਨੇ। ਉਹ ਸਾਰੇ ਤਰੀਕੇ ਜਿਹੜੇ ਉਹ ਸਿੱਖ ਕੇ ਲਗਾਤਾਰ ਕੀਤੇ ਜਾ ਸਕਦੇ ਨੇ। ਕੁਛ ਇਹੋ ਜਿਹੇ ਤਰੀਕੇ ਨੇ ਸਾਹਾਂ ਦੇ, ਤਕਰੀਬਨ ਸਾਰੀ ਦੁਨੀਆ ਜਾਣਦੀ ਆ ਉਹਨਾਂ ਦੇ ਨਾਂ, ਕਪਾਲ ਭਾਤੀ, ਪੇਟ ਦੇ ਅੰਤਰੀਆਂ ਨੂੰ ਆਪਾਂ ਕਿਸ ਢੰਗ ਨਾਲ ਚਲਾਉਣਾ ਵਾ, ਉਹਨਾਂ ਦੀ ਐਕਸਰਸਾਈਜ਼ ਕਿਸ ਤਰ੍ਹਾਂ ਕਰਨੀ ਆ, ਦਿਮਾਗ ਤੱਕ ਆਕਸੀਜਨ ਤੇਜ਼ ਸਾਰੀ ਪਹੁੰਚੇ, ਨੱਕ ਰਾਹੀਂ ਡੀਪ ਬਰੀਦਿੰਗ, ਅਲਟਰਨੇਟ ਬਰੀਦਿੰਗ ਕਿਸ ਤਰ੍ਹਾਂ ਕਰਨੀ ਆ, ਇਸ ਤੋਂ ਬਿਨਾਂ ਵੀ ਕੁਛ ਤਰੀਕੇ ਅਸੀਂ ਡਿਜ਼ਾਈਨ ਕੀਤੇ ਨੇ, ਜਿਨ੍ਹਾਂ ਦੀਆਂ DVDs ਵਗੈਰਾ ਜਿਹੜੀਆਂ ਨੇ ਉਹ ਮੇਰੀ ਵੈਬਸਾਈਟ ਦੇ ਉੱਤੇ ਅਵੇਲੇਬਲ ਨੇ। ਕੋਈ ਵੀ ਇੰਟਰਸਟਡ ਜਿਹੜਾ ਹੋਰ ਜਾਣਨਾ ਚਾਹੁੰਦਾ ਵਾ ਉਹ ਮੇਰੀ ਵੈਬਸਾਈਟ ਦੇ ਉੱਤੇ ਜਾ ਕੇ ਉਹ DVD ਪ੍ਰਾਪਤ ਕਰ ਸਕਦਾ ਵਾ।
आम तौर के उपर जी एक्सरसाइज है जी ब्रीदिंग असी कहते हैं कि तुसी लंबा सा लवो और फिर कई लोग मूँह के नाल खोलते हैं कई लोग कोशिश करते नक के वट इज़ द बेस्ट सब तो सौखा तरीका बस करके दसो नक राही तुसी चुप करके बैठे जो नक राही लंबा सारा गहरा सा लिया और इसे ढंग राही नक राही बाहर कढ़ता देखो जिहड़े जिहनूं असीं अभ्यास सिखाउंदे आ मान लो कोई दिल नाल संबंधित किसी दीआं दिल दीआं नाड़ां जिहड़ियां ने उह 90% तक ब्लॉक ने उहनें साह रोकणा नहीं इस करके सब तो सिंपल आ कि कोई थोड़े जे प्रोग्राम दे विच इन्ना ही समझो कि जिहड़ा भी बंदा नक राही लंबा गहरा साह लैंदा वा और बिना रोके उहनूं फिर हौली हौली बाहर कढ दिंदा वा उहनूं किसी भी तरह का कोई भी खतरा नहीं जदों साह आपां रोकदे हाँ खास करके जिन्हों दिल दीआं बीमारियां नाल संबंधित जिहड़े लोग ने जिन्हां दे 90% दे आसपास जिहड़ियां साडियां कोरोनरी आर्टरी जिहड़ियां ब्लॉकेज ने उहनां नूं साह रोकण वालियां क्रियावां नहीं करनियां चाहीदियां नाड़ी शोधन दीआं उहनूं क्रियावां कहिंदे ने एडवांस योग दा हिस्सा वा और शायद इन्ने थोड़े समय विच उहदे बारे ज़्यादा डिस्कशन नहीं भी कीती जा सकदी डॉक्टर साहब मैं तो चाहता सी तुसी थोड़ा बहुत साढ़े दर्शकों नूं दस दे पर डॉक्टर साहब जिहड़े ने बुधवार इत्थों जा रहे ने और उम्मीद करांगे जे कदी मुड़ के आए तो फिर पूरा एक घंटा मैंने त्या सी कि एक घंटे ही तुहाडे नाल गलबात होएगी लेकिन टाइम अज जिहड़ी सी उहदी घाट सीगी जांदे होए हुण तुसी की कहना चाहते हो साढ़े दर्शकों नूं बस मेरे जिहड़े भी सुरसागर दे श्रोता इस वेले प्रोग्राम देख रहे ने मेरा सारे नूं यही रिक्वेस्ट आ कि असी पवन नूं गुरु मान के उहदे नाल जुड़ीए सवेरे अखां बंद मन सहज करके 10-15 मिंट 20 मिंट गहराई दे नाल जाके असीं कितें नहीं भी सीख सकते तो अखां बंद करके लंबे गहरे साह लओगे लंबे छड्डोगे ऑक्सीजन का लैवल तुहाडे शरीर च वधणा वधणा वा बीमारियां ने घटना ही घटना वा ब्लड प्रैशर तो लैके मोटापे तो लैके कैंसर तक दी बीमारियां ਨੂੰ ਠੱਲ ਪੈਣੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਵੀ ਟ੍ਰੀਟਮੈਂਟ ਤੁਹਾਡਾ ਚੱਲਣ ਡਿਆ ਕੋਈ ਐਲੋਪੈਥਿਕ ਟ੍ਰੀਟਮੈਂਟ ਚੱਲਣ ਡਿਆ ਵਾ ਆਯੁਰਵੈਦਿਕ ਟ੍ਰੀਟਮੈਂਟ ਚੱਲਣ ਡਿਆ ਜਾਂ ਜੋ ਵੀ ਤੁਹਾਡੇ ਫਿਜ਼ੀਸ਼ੀਅਨ ਤੁਹਾਨੂੰ ਟ੍ਰੀਟਮੈਂਟ ਪ੍ਰਸਕ੍ਰਾਈਬ ਕਰ ਰਹੇ ਨੇ ਤੁਸੀਂ ਉਹਦੇ 'ਤੇ ਉਹਨੂੰ ਲਓ ਪਰ ਜੇ ਨਾਲ ਨਾਲ ਤੁਸੀਂ ਇਹ ਕਿਰਿਆਵਾਂ ਕਰਨੀਆਂ ਸ਼ੁਰੂ ਕਰ ਦੋਗੇ ਔਰ ਪਾਣੀ ਦੀ ਮਿਕਦਾਰ ਵਧਾ ਦੋਗੇ ਹੁਣ ਮੈਂ ਅੱਸਾ ਚੱਲਣ ਦੇਖਿਆ ਵਾ ਇਸ ਮੁਲਕ ਦੇ ਵਿੱਚ ਵੀ ਆਮ ਤੌਰ 'ਤੇ ਕੋਕ ਪੈਪਸੀ ਇਸ ਢੰਗ ਦੀਆਂ ਕੋਲਡ ਡਰਿੰਕਸ ਪੀਤੀਆਂ ਜਾਂਦੀਆਂ ਸੀ ਪਰ ਹੁਣ ਮੈਂ ਜਿਨ੍ਹਾਂ ਜਿਨ੍ਹਾਂ ਘਰਾਂ 'ਚ ਵੀ ਗਿਆ ਵਾਂ ਉਹਨਾਂ ਦੇ ਵਿੱਚ ਲੋਕ ਜਾਗਰੂਕ ਨੇ ਖੁਰਾਕ ਨੂੰ ਵਧੀਆ ਢੰਗ ਨਾਲ ਲੈ ਰਹੇ ਨੇ ਤਲਣ ਤੋਂ ਬਿਨਾਂ ਲੈ ਰਹੇ ਨੇ ਔਰਗੈਨਿਕ ਫੂਡ ਬਾਰੇ ਸੋਚ ਰਹੇ ਨੇ ਪਾਣੀ ਦਾ ਜ਼ਿਆਦਾ ਇਸਤੇਮਾਲ ਕਰ ਰਹੇ ਨੇ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਇਕੱਠੇ ਹੋ ਕੇ ਇਸ ਢੰਗ ਦਾ ਹੱਲਾ ਬੋਲੀਏ ਕਿ ਖਾਸ ਕਰਕੇ ਜਿਹੜੀਆਂ ਰਹਿਣ ਸਹਿਣ ਅਤੇ ਖਾਣ ਪੀਣ ਨਾਲ ਸੰਬੰਧਿਤ ਪੁਰਾਣੀਆਂ ਅਤੇ ਪੇਚੀਦਾ ਬਿਮਾਰੀਆਂ ਨੇ ਉਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਜਾਗਰੂਕ ਹੋ ਕੇ ਉਹਨਾਂ 'ਤੇ ਕਾਫੀ ਹੱਦ ਤੱਕ ਉਹਨਾਂ 'ਤੇ ਕਾਬੂ ਪਾ ਸਕਦੇ ਡਾਕਟਰ ਰਣਬੀਰ ਸਿੰਘ ਜੋਸਨ ਜਿਹੜੇ ਕਿ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਗਰ ਤੁਹਾਨੂੰ ਇਹਨਾਂ ਦੇ ਬਾਰੇ ਕੋਈ ਵੀ ਕਿਸੇ ਕਿਸਮ ਦੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰੇ ਫੋਨ ਦੇ ਉੱਪਰ 416-727-9199 416-727-9199 ਔਰ ਹੋਰ ਵੀ ਕੋਈ ਤੁਸੀਂ ਗੱਲਬਾਤ ਕਰਨਾ ਚਾਹੋ ਯੂ ਕੈਨ ਆਲਵੇਜ਼ ਕੰਟੈਕਟ ਮੀ ਥੈਂਕ ਯੂ ਵੈਰੀ ਮੱਚ ਤੁਸੀਂ ਅੱਜ ਇੱਕ ਸਮਾਂ ਕੱਢਿਆ 8 ਤੋਂ 9 ਵਜੇ ਤੱਕ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਹੈਵ ਅ ਵੰਡਰਫੁਲ ਨਾਈਟ